ਜਿਵੇਂ ਤੈਨੂੰ ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ। ਅੱਜ ਤੁਹਾਨੂੰ ਆਪਾਂ ਸੁਪਰ ਸੀਡਰ 855 ਵਿੱਚ ਹਾਈਲੋ ਵਾਲੇ ਪਰਾਲੀ ਵਾਲੇ ਵਾਹਨ 'ਚ ਥੋੜ੍ਹੀ ਜਿਹੀ ਅੱਗ ਲੱਗੀ ਹੋਈ ਆ, ਇਹ ਲਾਉਣੀ ਪੈਂਦੀ ਆ, ਉਹਦੇ ਵਿੱਚ ਦਿਖਾਵਾਂਗੇ। ਸਾਡਾ ਬਿਨਾਂ ਅੱਗ ਵਾਲਾ ਵੀ ਵਾਹ ਕੇ ਰੱਖਿਆ ਵਾ, ਉਹ ਵੀ ਦਿਖਾਉਂਦੇ ਹਾਂ ਤੁਹਾਨੂੰ ਉਹਦੇ 'ਚ ਕਿੰਨੀ ਸਫਾਈ ਆਈ ਆ। ਚਲੋ ਪਹਿਲਾਂ ਉੱਧਰ ਹੀ ਚੱਲਦੇ ਹਾਂ, ਹਜੇ ਬੰਦੇ ਪਹੁੰਚੇ ਨਹੀਂ ਸਾਡੇ ਸਮਾਨ ਲੈ ਕੇ, ਉਨਾ ਟਾਈਮ ਉੱਧਰ ਚੱਲਦੇ ਹਾਂ। ਧੁੰਦ ਹੋਣ ਲੱਗ ਗਈ, ਧੁੰਦ ਨਹੀਂ ਧੂੰਆਂ ਥੱਲੇ ਆਇਆ, ਧੁੰਦ ਠੀਕ ਆ ਵੀਰੇ। ਚਲੋ ਚੱਲ ਗਏ ਹੁਣ ਦੂਜੇ ਪਾਸੇ, ਵਿਖਾ ਕੇ ਲਿਆਈਏ ਤੁਹਾਨੂੰ। ਲਓ ਜੀ, ਪਹਿਲਾਂ ਹੀ ਫਸ ਗਈ ਲੱਕੜਾਂ ਤਾਰਾਂ 'ਚ, ਲੱਭੋ ਪਰਾਲੀ ਇਹਦੇ ਵਿੱਚ। ਇਹ ਬਿਨਾਂ ਅੱਗ ਲੱਗੇ ਵਾਲਾ, ਇਹ ਬਹੁਤ ਸਫਾਈ ਆਈ ਆ ਵੇਖ ਤਾਂ। ਇਹ ਆਪਾਂ ਬੀਜੀ ਸੀ ਦੂਜੇ ਦਿਨ, ਵੱਢਣ ਤੋਂ ਬਾਅਦ ਦੂਜੇ ਦਿਨ, ਠੀਕ ਹੈ ਬਈ। ਆਹ ਵੇਖੋ ਸਾਈਡਾਂ 'ਤੇ ਤਾਂ ਕਹਿੰਦੇ ਖਰਚੇ ਹੀ ਵੱਡੇ ਹੁੰਦੇ ਆ ਜ਼ਿਆਦੇ, ਸਾਈਡ ਵਾਲੇ ਔਰ ਇਹਦੇ ਤਾਂ ਹੈ ਹੀ ਕੁਛ ਨਹੀਂ ਹੈਗਾ। ਓਕੇ, ਜਿੱਥੇ ਮਸ਼ੀਨ ਖੜਦੀ ਆ ਉੱਥੇ, ਹੈ ਨਾ। ਸਹੀ ਆ ਸਹੀ ਆ, ਫਰਕ ਆ ਬਈ, ਬਹੁਤ ਸਫਾਈ ਆ। ਚਲੋ ਸਾਡੇ ਚੱਲ ਰਿਹਾ ਹੁਣ, ਕਿੰਨੀ ਰੇਟ ਚੱਲ ਰਿਹਾ ਮਨ ਇਹਦਾ ਸੁਪਰ ਸੀਡਰ ਦਾ ਤੇਰੇ ਹਿਸਾਬ ਨਾਲ? 2200 ਆ ਕਿੱਲੇ ਦਾ ਬਈ, ਉਸ ਹਿਸਾਬ ਨਾਲ ਦੇਖਿਆ ਜਾਵੇ ਠੀਕ ਆ। ਟ੍ਰੈਕਟਰ ਤੇਲ ਵੀ ਬਹੁਤ ਖਾਂਦਾ, ਜ਼ੋਰ ਵੀ ਬਹੁਤ ਲੱਗਦਾ, ਤੇ ਵੇਖ ਲਓ ਕਿੱਲੇ ਦਾ ਕਿੰਨਾ ਫਰਕ ਪੈ ਜਾਂਦਾ। 11-12 ਲੀਟਰ 1000 ਪਲੱਸ ਦਾ ਪੈਂਦਾ ਕਿੱਲੇ ਦਾ, ਦਵਾਵਾਂ ਹੀ ਲੈਣੀਆਂ ਬਸ ਮਾਰਨੇ। ਉਹ ਸਾਡੇ ਬੰਦੇ ਵੀ ਆ ਗਏ, ਹੁਣ ਚੱਲਦੇ ਹਾਂ ਜੀ ਦੂਜੇ ਪਾਸੇ, ਫਿਰ ਕਰਦੇ ਹਾਂ। ਲਓ ਜੀ, ਕਰਨ ਲੱਗੇ ਆ ਸਟਾਰਟ ਪਹਿਲਾਂ ਮੀਡੀਅਮ। ਵਧੀਆ ਤੋਰਾ ਪੂਰਾ ਬਈ, ਬਿਨਾਂ ਪਰਾਲ ਤੋਂ ਤਾਂ ਐਨ ਵਧੀਆ ਤੁਰਦਾ, ਤਾਂ ਜਾ ਕੇ ਤਾਂ ਸਫਾਈ ਵੀ ਵੱਧ ਗਈ ਹੈ। ਦੇਖੋ 1 ਕਿੱਲੇ ਵਿੱਚ 1.5 ਘੰਟਾ ਲਾ ਦਿੰਦਾ ਇਹ, ਅਤੇ ਕਿੱਲੇ ਦਾ 11 ਲੀਟਰ ਤੇਲ ਖਾਂਦਾ। ਦੇਖਦੇ ਹਾਂ, ਚਲੋ ਅੱਜ ਇੱਥੇ ਬੈਠੇ ਹਾਂ ਫਿਲਹਾਲ ਲਈ, ਥੋੜ੍ਹਾ ਟਾਈਮ ਜਿੰਨਾ ਟਾਈਮ ਹੈਗਾ ਆਪਣੇ ਕੋਲ, ਕਰਦੇ ਹਾਂ ਚੈੱਕ ਇਹਨੂੰ, ਬਾਅਦ 'ਚੋਂ ਆਪਾਂ ਵੀ ਵਜਾਉਣੀ ਆ, ਫਿਰ ਆਪਾਂ ਹੀ ਵੇਖਦੇ ਹਾਂ ਕਿਵੇਂ ਵਜਾਈਏ। ਹਜੇ ਆਹ ਗੇੜਾ ਇੱਧਰ ਆਹ, ਅਤੇ ਉਹ ਪਹਿਲੇ ਪਾਸੇ ਕਿੱਲੇ ਦਾ, ਅਤੇ ਦੂਜਾ ਗੇੜਾ ਉੱਧਰ ਹਜੇ ਸਿਰੇ 'ਤੇ ਪਹੁੰਚਿਆ। ਟਾਈਮ ਬਹੁਤ ਲੱਗਦਾ ਇੱਥੇ, ਦਾਣੇ ਵੀ ਥੋੜ੍ਹੇ ਜਿਹੇ ਸਹੀ ਸੈੱਟ ਦਾ ਪਿਆ, ਆਪਾਂ ਕਹਿ ਨਹੀਂ ਸਕਦੇ ਕੁਛ ਕਿਉਂਕਿ ਆਪਾਂ ਨੂੰ ਇੰਨੀ ਨੌਲੇਜ ਨਹੀਂ ਹੈਗੀ ਇਹ ਚੀਜ਼ ਬਾਰੇ, ਆਪਾਂ ਤਾਂ ਬਸ ਸਿਰਫ ਦੇਖ ਸਕਦੇ ਹਾਂ ਅਤੇ ਉੱਗੀ ਹੋਈ ਕਣਕ ਦੇਖ ਸਕਦੇ ਹਾਂ ਵੀ ਕਿਹੋ ਜਿਹੀ ਆ ਕਿਹੋ ਜਿਹੀ ਨਹੀਂ। ਮਾਨ ਤਾਂ ਕਹਿੰਦੇ ਟ੍ਰੈਕਟਰ ਦੇ ਉੱਤੇ ਬੈਠਾ ਵਲੌਗ ਬਣਾਈ ਜਾਂਦਾ, ਕਰੋ ਜੀ ਅਗਲਾ ਵਲੌਗ ਬਣ ਰਿਹਾ ਮਾਨ ਦਾ ਅੱਜ। ਮਾਨ ਨੂੰ ਆ ਕੇ ਇੱਥੇ ਉਹ ਕੀਤਾ ਵੀ ਤੂੰ ਵਲੌਗ ਬਣਾ ਆਪਦਾ, ਤੇਰਾ ਚੈਨਲ ਸੁਣਨਾ ਪਿਆ ਇੱਧਰ ਛੋਟੂ ਹੁਣੀ ਵੀ, ਕਿਉਂ ਵਲੌਗ ਬਣਾਈ ਜਾਂਦੇ, ਲਾ ਤੇ ਸਾਰੇ ਵਲੌਗ ਬਣਾਉਣ, ਹਜੇ ਚੱਲਦੇ ਕਿਸੇ ਦੇ ਵੀ ਨਹੀਂ, ਵਲੌਗ ਜ਼ਰੂਰ ਬਣਾਉਣ ਲਾ ਤੇ ਸਾਰੇ। ਤਾਂ ਤੋਰਾ ਸਹੀ ਆ, ਜਦੋਂ ਆਹ ਅੱਗ ਲਾ ਦਿੰਦੇ ਨਾ ਇਹਦੀ, ਉਦੋਂ ਬਾਅਦ ਤਾਂ ਤੋਰਾ ਬਹੁਤ ਸਹੀ ਆ, ਬਿਨਾਂ ਲੋਡ ਤੋਂ ਹੀ ਤੁਰਿਆ ਆਉਂਦਾ, ਵਧੀਆ ਤੁਰਦਾ ਆਰਾਮ ਨਾਲ ਮਸਤ ਬਣ ਕੇ। ਚਲੋ ਵਧੀਆ,
आ गेड़े की वेखते आप मूहरे जाके बाद चो सफाई कि आई है, क्योंकि जिमें जिमें वो की होंगे वो थले फटे जे लगे जे लोहे दत्तियां उन्होंने तो मिट्टी ही लेंदी है जिमें उमें थोड़ा जहा फर्क पैदा, पहला तो जमी होंगी है ना मिट्टी, उस बाद हम वेखते अच की हिसाब किताब है यदा पत् बाकी पत्तियां तिखिया होंगे भी आ जिन्या पत्तियां तिखिया हो गई उन्ना वो सही हो जाता जगाड़ मिंट जो अपना सफाई देने वाला उन्ना ज्यादा वधिया हो जाता। चलो चलो देखो ये पत्तियां से रंग आ जाता हौली हौली सैट हो जगाड़ मिंट टैर नहीं लाता थले बड़ा भारा पूरे गट्टा रखा गया तामी भार बोला जा रहा आवाज चेक करो तुम आवाज सफाई दिखा दिए थोड़ी देखो ठीक है बाकी आए हैं पराली दे सुकन दे जिनी पराली सुकी है उन्ना वधिया फर्क पैंदा। चल चलो हम पिछे पिछे वेखते हैं, चलो दोपहरे जे देखते हैं जी आए तो इधर न तो उदो दिखा देंगे दोपहर के माहौल च, नहीं तो वीडियो में लाइक शेयर तो कमेंट जरूर करो जो वधिया लगी तो अगे अगे वाली वीडियो दस्यो किवें बनाइए। जिमें जिमें दिन उच्चा हो जाता उमें उमें थोड़ा जहा सही होता जाता काम सफाई भी वाला फर्क आदि ही गुठा का काम भी चल पाया आई बहने आते जामे तो रात लाया बचाले जल्दी पछतैनी हाथ होता भला मिट्टी पै गई पूरी आओ। चलो कोई नहीं पता आ गए तुम बहुत मेरे को चल दिया घरे और भी काम बहुत करिए जा रहे अंदर अंदर वाले गेड़े लाऊगा जदों उदों